ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਖਿਲਾਫ ਸੰਗਰੂਰ ਦੇ ਪਿੰਡ ਝਾੜੋਂ ਦੀ ਪੰਚਾਇਤ ਅਤੇ ਨੌਜਵਾਨਾਂ ਦੇ ਬਣੇ ਕਲੱਬ ਨੇ ਪਹਿਲਕਦਮੀ ਕਰਦੇ ਹੋਏ ਇੱਕ ਵੱਡਾ ਫੈਸਲਾ ਲਿਆ ਹੈ। ਇਸ ਪਿੰਡ ਵਿੱਚ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੰਥੈਟਿਕ ਨਸ਼ੇ ਦੇ ਨਾਲ ਨਾਲ ਕੋਈ ਵੀ ਬੀੜੀ, ਸਿਗਰਟ, ਤੰਬਾਕੂ ਆਦਿ ਨਸ਼ਾ ਕੋਈ ਵੀ ਦੁਕਾਨਦਾਰ ਨਹੀਂ ਵੇਚੇਗਾ। ਜੇਕਰ ਉਹ ਵੇਚੇਗਾ ਤਾਂ ਉਸਦੇ ਖਿਲਾਫ 5,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ 7 ਦਿਨਾਂ ਤੱਕ ਦੁਕਾਨ ਬੰਦ ਰੱਖਣ ਦਾ ਦੰਡ ਦਿੱਤਾ ਜਾਵੇਗਾ। ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ। ਸ਼ੇਰ ਸਿੰਘ ਕਿਹੜਾ ਪਿੰਡ ਹੈ ਜੀ? ਝਾੜੋਂ ਪਿੰਡ ਦੇ ਸਰਪੰਚ। ਤੁਸੀਂ ਕਿਉਂ ਪਿੰਡ ਦੇ ਵਿੱਚ? ਝਾੜੋਂ ਪਿੰਡ ਦੇ ਸਰਪੰਚ ਹਾਂ ਜੀ। ਠੀਕ ਹੈ ਸਰਪੰਚ ਸਾਹਿਬ, ਕੀ ਤੁਹਾਡੇ ਵੱਲੋਂ ਜਿਹੜਾ ਮਤਾ ਪਾਇਆ ਗਿਆ ਹੈਗਾ, ਕੀ ਉਹਦੇ ਵਿੱਚ ਲਿਖਿਆ ਗਿਆ ਹੈਗਾ? ਹਾਂਜੀ, ਉਹ ਲਿਖਿਆ ਗਿਆ ਨਸ਼ੇ ਦੇ ਖਿਲਾਫ ਲਿਖਿਆ ਜੀ। ਸਾਰੀ ਪੰਚਾਇਤ ਸਾਡੇ ਨਾਲ ਸਹਿਮਤ ਹੈ। ਠੀਕ ਹੈ ਜੀ, ਅਤੇ ਕਲੱਬ ਵੀ ਸਾਡੇ ਨਾਲ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਵਿਕਰੀ ਦੇ ਉੱਪਰ ਪਾਬੰਦੀ? ਇਹਦੇ ਵਿੱਚੋਂ ਨਸ਼ਾ ਆਪਣੀ ਜਾਇਦਾਦ, ਬੀੜੀ ਅਤੇ ਬਾਕੀ ਹੋਰ ਸਮੈਕ ਵਗੈਰਾ ਸਭ ਕੁਛ ਅਸੀਂ ਐਂ ਕਰੇ ਇਹਦੇ ਠੱਲ ਪਵੇ। ਕਿਸ ਤਰ੍ਹਾਂ ਦੀ ਸਮੱਸਿਆ ਸੀ ਪਹਿਲਾਂ ਪਿੰਡ ਦੇ ਵਿੱਚ? ਸਮੱਸਿਆ ਇਹ ਸੀ ਜੀ, ਜਦੋਂ ਅਸੀਂ ਜਾਂਦੇ ਹਾਂ ਬੀੜੀ ਹਰੇਕ ਦੁਕਾਨ 'ਤੇ ਵਿਕਦੀ ਸੀ, ਜਰਦਾ ਸੀ, ਉਹ ਵੀ ਬੁਰਾ ਲੱਗਦਾ ਲੈਂਦੇ ਨੇ ਨਸ਼ੇ ਵਾਲੇ ਬੰਦੇ, ਨੌਜਵਾਨ ਬਹੁਤ ਬੀੜੇ ਖਤਮ ਹੋ ਗਏ। ਤਾਂ ਹੁਣ ਪੂਰੀ ਪੰਚਾਇਤ ਸਹਿਮਤ? ਹਾਂਜੀ ਹਾਂਜੀ, ਹੁਣ ਸਾਡੀ ਸਾਰੀ ਪੂਰੀ ਪੰਚਾਇਤ ਸਹਿਮਤ ਹੈ। ਉੱਥੇ ਤੁਸੀਂ ਮੈਂਬਰ ਅਤੇ ਇਹਨਾਂ ਨੇ ਸਾਨੂੰ ਸੁਝਾਅ ਦਿੱਤਾ ਵੀ ਸਮਤਾ ਪਾ ਕੇ ਦਿਓ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਕਲੱਬ ਵਾਲੇ ਸਾਡੇ ਨਾਲ ਤੁਰੇ ਹੋਏ ਨੇ। ਜੇ ਕੋਈ ਇਸ ਤੋਂ ਬਾਅਦ ਵੇਚਦੇ ਤਾਂ ਕਾਰਵਾਈ ਕੀ ਹੋਊਗੀ? ਪੰਚਾਇਤ ਕਾਰਵਾਈ ਦੇਖੋ, ਜਿਹੋ ਜਿਹਾ ਟਾਈਮ ਹੋਊਗੀ ਉਹੀ ਕਾਰਵਾਈ ਵੀ ਕਰਾਂਗੇ। ਇਹਦਾ ਮਤਲਬ ਪਿੰਡ ਪੂਰਾ ਸਹਿਮਤ ਹੈ? ਹਾਂਜੀ, ਪਿੰਡ ਪੂਰਾ ਸਹਿਮਤ ਹੈ ਇਹਦੇ ਨਾਲ। ਅੱਜ ਤੱਕ ਤੁਹਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਇਹ ਮਾੜਾ ਕੰਮ ਕੀਤਾ, ਸਾਰੇ ਸਾਰੇ ਸਹਿਮਤ ਹਨ, ਕਹਿੰਦੇ ਵਧੀਆ ਕਰਿਆ ਸੀ ਜੋ ਕੰਮ ਕੀਤਾ। ਕੀ ਨਾਮ ਹੈ ਵੀਰ ਜੀ ਆਪਣਾ? ਅਵਤਾਰ ਸਿੰਘ। ਕਿਹੜਾ ਪਿੰਡ ਆ? ਝਾੜੋਂ ਜੀ। ਕੀ ਜਿਹੜਾ ਤੁਹਾਡੇ ਪਿੰਡ ਵੱਲੋਂ ਜਿਹੜਾ ਇੱਕ ਮਤਾ ਪਾਏਗਾ ਲਗਾਤਾਰ ਫੇਸਬੁੱਕ ਉੱਪਰ, ਕੀ ਆ ਉਹਦੇ ਬਾਰੇ ਜਾਣਕਾਰੀ ਦਿਓ? ਇਹ ਮਤਲਬ ਸਾਡੇ ਪਿੰਡ ਵੱਲੋਂ ਮਤਾ ਪਾਇਆ ਗਿਆ, ਜਿਹੜੀ ਆਪਣੇ ਦੁਕਾਨਾਂ 'ਤੇ ਸਿਗਰਟ ਬੱਤੀ, ਜਰਦਾ, ਤੰਬਾਕੂ ਕੁਛ ਵੀ ਮਤਲਬ ਵਿਕਦਾ, ਉਹ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ, ਪੰਚਾਇਤ ਨਾਲ ਅਤੇ ਸਾਰੇ ਦੁਕਾਨਦਾਰਾਂ ਨਾਲ ਗੱਲ ਕਰਕੇ ਸਾਡੀ ਸਹਿਮਤੀ ਹੋਈ ਆ ਵੀ ਇਹ ਆਉਣ ਵਾਲੀ 1 ਜਨਵਰੀ 2023 ਤੋਂ ਆਪਣੇ ਪਿੰਡ 'ਚ ਇਹ ਬੰਦ ਹੋ ਜਾਣਾ। ਠੀਕ ਹੈ, ਅਤੇ ਇਹ ਅਸੀਂ ਮਤਲਬ ਕਿੱਦਾਂ ਸਾਨੂੰ ਹੌਸਲਾ ਮਿਲਿਆ, ਅਸੀਂ ਕਈ ਪਿੰਡ 'ਚ ਦੇਖੇ, ਜਿਵੇਂ ਇੱਧਰ ਰਾਜੀਆ ਭੰਦੇਰ ਪਿੰਡ ਨੇ, ਉਹਨਾਂ 'ਚ ਇਹ ਚੀਜ਼ ਵਿਕਦੀ ਨੇਗੀ, ਬਹੁਤ ਸਾਲ ਹੋ ਗਏ ਉੱਥੇ ਰਾਜੀ, ਮਤਲਬ 10 ਸਾਲ ਹੋ ਗਏ, ਕਿਤੇ 5 ਸਾਲ ਹੋ ਗਏ, ਅਤੇ ਅਸੀਂ ਵੀ ਇਹ ਸੋਚ ਕੇ ਕਰਿਆ ਵੀ ਜੀ ਅੱਜ ਆਪਣਾ ਪਿੰਡ ਝਾੜੋਂ ਇਹ ਚੀਜ਼ ਕਰ ਰਿਹਾ ਤਾਂ ਅੱਗੇ ਕਈ ਹੋਰ ਪਿੰਡ ਵੀ ਐਗਜਾਮਪਲਾਂ ਦੇਣਗੇ ਵੀ ਹਾਂ ਝਾੜੋਂ ਜਾ ਰਿਹਾ ਸਿਗਰਟ ਬੱਤੀ ਜਰਦਾ ਮਿਲਦਾ ਨਹੀਂ ਜੀ, ਸਾਨੂੰ ਸੋਚ ਕੇ ਕੱਲ੍ਹ ਨੂੰ ਸਾਪਰ ਬੰਦ ਕਰਦਾ, ਸਾਪਰ ਸੋਚ ਕੇ ਅੱਗੇ ਕੋਈ ਹੋਰ ਮਤਲਬ ਸ਼ੇਰੋਂ ਬੰਦ ਕਰਦਾ, ਐਂ ਬੰਦ ਕਰਕੇ ਹੁੰਦੇ ਹੁੰਦੇ ਮਤਲਬ ਰੀਸ ਨਾਲ ਤਾਂ ਆਪਣੇ ਪੰਜਾਬ 'ਚੋਂ ਇਹ ਨਸ਼ਾ ਖਤਮ ਹੋ ਸਕਦਾ। ਬਾਕੀ ਵੱਡਾ ਨਸ਼ਾ ਮੇਨ ਸਮੈਕ ਚਿੱਟੇ ਦਾ, ਅਤੇ ਇਹ ਸਾਡੇ ਪਿੰਡ 'ਚੋਂ ਪਹਿਲਾਂ ਹੀ ਅਸੀਂ ਬੰਦ ਕੀਤਾ ਹੋਇਆ, ਮਹੀਨਾ 2 ਮਹੀਨੇ ਪਹਿਲਾਂ ਅਸੀਂ ਪਹਿਲੀ ਬੰਦ ਕੀਤਾ ਸੀ, ਹੁਣ ਸਾਡੇ ਇਹ ਨਾ ਤਾਂ ਵਿਕਦਾ ਗਾ, ਠੀਕ ਹੈ, ਨਾ ਮਤਲਬ ਸਰੇਆਮ ਕੋਈ ਪੀਂਦਾ ਸਾਨੂੰ ਦੇਖੇ। ਬਾਕੀ ਜਿਹੜਾ ਮੇਨ ਚਿੱਟਾ ਸਮੈਕ ਹੈ ਸੁਨਾਮ ਤੋਂ ਮਿਲ ਰਿਹਾ ਗਾ, ਸਰੇਆਮ ਮਿਲ ਰਿਹਾ ਸੀ ਬਹੁਤ ਵਾਰੀ, ਮਤਲਬ ਹਰ ਇੱਕ ਬੰਦੇ ਨੂੰ ਪਤਾ, ਨਿੱਕੇ ਨਿੱਕੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਨੂੰ ਪਤਾ ਵੀ ਜਿਹੜਾ ਉਹ ਫਾਟਕ ਨੇ ਰੇਲਵੇ ਲਾਈਨ ਵਾਲੇ, ਉਹਦੀ ਸਾਈਡ 'ਤੇ ਤੁਸੀਂ ਲਿਆ ਸਕਦੇ ਹੋ ਕਦੋਂ ਮਰਜ਼ੀ, ਅਤੇ ਪਰ ਉਹ 'ਤੇ ਠੱਲ ਨਹੀਂ ਪਾਈ ਜਾ ਰਹੀ। ਉਹ ਸ਼ਹੀਦ ਊਧਮ ਸਿੰਘ ਦਾ ਸ਼ਹਿਰ ਹੈ, ਠੀਕ ਹੈ, ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਹੈ, ਅਤੇ ਅੱਜ ਉਹ ਸ਼ਹਿਰ 'ਚ ਸਰੇਆਮ ਸਮੈਕ ਚਿੱਟਾ ਵਿਕ ਰਿਹਾ, ਅਤੇ ਕੈਬਨਿਟ ਮੰਤਰੀ ਨੇ ਹਾਂ ਉਹ ਕੈਬਨਿਟ ਮੰਤਰੀ ਨੇ ਅਮਨ ਅਰੋੜਾ, ਇਸ ਲਈ ਸਾਡੀ ਉਹਨਾਂ ਨੂੰ ਬੇਨਤੀ ਹੈ ਵੀ ਇਹ ਚੀਜ਼ 'ਤੇ ਜ਼ਰੂਰ, ਜਦੋਂ ਅਸੀਂ ਆਮ ਜੇ ਇਨਸਾਨ ਹੋ ਕੇ ਅਸੀਂ ਝਾੜੋਂ 'ਚ ਇਹ ਚੀਜ਼ ਕਰ ਸਕਦੇ ਹਾਂ, ਅਤੇ ਉਹ ਤਾਂ ਕੈਬਨਿਟ ਮੰਤਰੀ ਨੇ, ਫਿਰ ਵੀ ਉਹ ਸੁਨਾਮ 'ਚੋਂ ਇਹ ਚੀਜ਼ ਬੰਦ ਕਰ ਸਕਦੇ ਨੇ ਜੇ ਉਹ ਚਾਹੁਣ, ਤਾਂ ਉਹਨਾਂ ਨੂੰ ਬੇਨਤੀ ਹੈ ਵੀ ਪਿੰਡ ਦੇ ਵਿੱਚ ਕਿਵੇਂ ਹੈ ਜਿਹੜਾ ਦੁਕਾਨਦਾਰਾਂ ਤੋਂ ਜਿਹੜਾ ਤੁਸੀਂ ਬੰਦ ਕਰਨ ਦੀ ਗੱਲ ਕਰੀਏ ਤਾਂ ਸਹਿਮਤੀ ਲਈ ਹੈ ਕਿਸ ਤਰ੍ਹਾਂ ਦਾ? ਨਹੀਂ, ਸਾਰਿਆਂ ਦੁਕਾਨਦਾਰਾਂ ਤੋਂ ਸਹਿਮਤੀ ਲਈ, ਉਹਨਾਂ ਨੇ ਬਕਾਇਦਾ ਸਾਈਨ ਕਰਕੇ ਦਿੱਤੇ ਨੇ ਸਾਨੂੰ, ਸਾਰੇ ਦੁਕਾਨਦਾਰ ਲਗਭਗ ਖੁਸ਼ੀ ਸੀ, ਸਹਿਮਤ ਸੀ, ਕਹਿੰਦੇ ਇਹ ਵਧੀਆ ਚੀਜ਼ ਹੈ, ਜਿਵੇਂ ਅਸੀਂ ਪਹਿਲੀ ਗੱਲ ਦੱਸੀ ਸੀ ਵੀ ਕਿਸੇ ਨੇ ਬੰਦੇ ਨੇ ਹੁਣ ਤੱਕ ਸਾਨੂੰ ਐਂ ਗੱਲ ਨਹੀਂ ਹੋਈ ਵੀ ਤੁਸੀਂ ਗਲਤ ਕਰੀ ਜਾਂਦੇ ਹੋਏ, ਹਰ ਬੰਦਾ ਹੀ ਕਰੀ ਆ, ਬੁੜੀਆਂ ਤੋਂ ਲੈ ਕੇ ਇਕੱਲੀ ਇਕੱਲੀ ਬੁੜੀ ਨੇ ਸਾਨੂੰ ਮਤਲਬ ਗਏ ਹਾਂ ਅਸੀਂ ਤਾਂ ਇਹ ਕਿਹਾ ਬਈ ਆਹ ਤੁਸੀਂ ਸਾਰਿਆਂ ਨੂੰ ਵਧੀਆ ਕੰਮ ਕਰ ਰਹੇ ਹੋ, ਅਤੇ ਸਾਨੂੰ ਇਹ ਚੀਜ਼ ਦੀ ਖੁਸ਼ੀ ਹੋਈ, ਗਾਂ ਦੁਕਾਨਦਾਰਾਂ ਤੋਂ ਸਾਨੂੰ ਕਿਸੇ ਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਪਈ, ਉਹ ਆਪਦੇ ਆਪ ਹੀ ਕਹਿ ਰਹੇ ਸੀ ਬਈ ਹਾਂ ਵਧੀਆ ਯਾਰ ਤੁਸੀਂ ਇਹ ਕੰਮ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਜਿੱਦੇ ਤੁਸੀਂ ਕਹੋਗੇ ਉਦੇ ਅਸੀਂ ਬੰਦ ਕਰ ਦਾਂਗੇ, ਅਤੇ ਅਸੀਂ ਸਾਰੇ ਨੋਰਮਲੀ ਸਾਰਿਆਂ ਨਾਲ ਜਿਹਦੇ ਨਾਲ ਵੀ ਗੱਲ ਕਰੀ, ਸਾਰਿਆਂ ਨਾਲ ਇੱਦੀ ਕੰਪਰੋਮਾਈਜ਼ ਬਣੀ, ਹਾਂ ਲਿਖ ਕੇ ਅਸੀਂ ਮਤੇ ਦੇ ਪਿੱਛੇ ਸਾਰੇ ਦੁਕਾਨਦਾਰਾਂ ਨੇ ਸਾਈਨ ਕੀਤੇ ਨੇ ਇਹ ਮਤੇ ਦੇ ਵੀ ਹਾਂ ਅਸੀਂ 1 ਤਰੀਕ ਤੋਂ ਬਾਅਦ ਇਹ ਚੀਜ਼ ਵੇਚਦੇ ਨਹੀਂ ਹੈਗੇ। ਹਾਂ 25-25 ਜਿਹੜੇ ਦੁਕਾਨਦਾਰ ਮਤਲਬ ਪਹਿਲਾਂ ਵੇਚਦੇ ਨਹੀਂ ਸੀ ਉਹਨਾਂ ਨੇ ਵੀ ਸਾਈਨ ਕੀਤੇ ਨੇ ਵੀ ਹਾਂ ਇਹ ਵਧੀਆ ਚੀਜ਼ ਆ, ਜਿਹੜੇ ਵੇਚ ਹੁਣ ਵੇਚ ਰਹੇ ਸੀ 1 ਤਰੀਕ ਤੋਂ ਬੰਦ ਕਰ ਰਹੇ ਨੇ ਉਹਨਾਂ ਵੀ ਸਾਰੇ ਬੰਦੇ ਨੇ ਸਾਈਨ ਕੀਤੇ ਨੇ। ਕੀ ਨਾਮ ਹੈ ਜੀ ਆਪਣਾ? ਮੇਰਾ ਜੱਸੀ ਸਰਦਾਰ ਹੈ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜੱਸੀ ਸਰਦਾਰ ਹੈ ਜੀ। ਕਿਹੜਾ ਪਿੰਡ ਹੈ? ਪਿੰਡ ਝਾੜੋਂ ਜੀ।
ਬਈ ਤੁਹਾਡੇ ਪਿੰਡ ਵਿੱਚ ਮਤਾ ਪਾਇਆ ਗਿਆ ਹੈਗਾ ਜਿਹੜਾ ਨਸ਼ੇ ਨੂੰ ਲੈ ਕੇ ਕੀ ਮਤਾ ਪਾਇਆ ਗਿਆ ਉਹਦੇ 'ਚ ਅਤੇ ਕਾਰਵਾਈ ਕਿਵੇਂ ਕੀਤੀ ਗਈ ਇਹ ਜੀ ਨਾ ਨੌਜਵਾਨ ਗਰੁੱਪ ਬਣਾਇਆ ਜੀ ਆਪਣਾ ਅਤੇ ਕਲੱਬ ਜਿਹੜਾ ਆਪਣੇ ਬਣਿਆ ਹੋਇਆ ਹੈਗਾ ਅਤੇ ਸਾਰੇ ਵਿੱਚ ਪਹਿਲੇ ਤਾਂ ਵਟਸਐਪ ਗਰੁੱਪ ਸੀਗਾ ਜੀ ਆਪਣਾ ਸਾਰਾ ਬਣਾਇਆ ਨੌਜਵਾਨਾਂ ਦਾ ਜੀ ਉਹਦੇ ਵਿੱਚ ਹੌਲੀ ਹੌਲੀ ਅਸੀਂ ਪਿੰਡ ਦੇ ਜਿੰਨੇ ਸਾਂਝੇ ਕੰਮ ਸੀ ਉਹ ਕਰਦੇ ਗਏ ਹਾਂਗੇ ਪਤਾ ਲੱਗਿਆ ਉਦੋਂ ਬਾਅਦ ਪਿੰਡ ਦੀਆਂ ਜਿੰਨੀਆਂ ਵੀ ਸਾਂਝੇ ਥਾਵਾਂ ਸੀਗੀਆਂ ਉੱਥੇ ਕੰਮ ਕੀਤੇ ਗਏ ਨੇ ਉਦੋਂ ਬਾਅਦ ਜਿਹੜਾ ਨਸ਼ੇ ਦੀ ਵਿੱਚ ਗੱਲ ਆਈ ਸੀਗੀ ਇਹਦੇ ਵਿੱਚ ਨਾ ਜਦੋਂ ਅਸੀਂ ਕਿਤੇ ਪਾਸੇ ਲੰਘਦੇ ਸੀ ਅੱਗੇ ਪਿੱਛੇ ਜਾਂਦੇ ਸੀ ਪਿੰਡ ਦੇ ਵਿੱਚ ਤਾਂ ਉੱਥੋਂ ਨਾ ਸਾਡੇ ਸਮਾਧਾਂ ਨੇਗੀਆਂ ਉੱਥੇ ਨਾ ਇੱਕ ਜਗ੍ਹਾ ਬਣੀ ਹੋਈ ਆ ਮਤਲਬ ਮਾਤਾ ਰਾਣੀਆਂ ਉੱਥੇ ਨੌਜਵਾਨ ਬੈਠੇ ਰਹਿੰਦੇ ਨੇਗੇ ਮਤਲਬ ਉਹ ਨਸ਼ੇ ਦੇ ਵਿੱਚ ਹੀ ਡੁੱਬੇ ਹੋਏ ਨੇਗੇ ਉੱਥੋਂ ਪਤਾ ਲੱਗਿਆ ਵੀ ਮਤਲਬ ਜੋ ਇਕੱਠੇ ਹੁੰਦੇ ਨੇ ਨਸ਼ਾ ਕਰਦੇ ਨੇ ਹੌਲੀ ਹੌਲੀ ਨੌਜਵਾਨ ਸਾਡੇ 'ਚ ਗੱਲ ਆਈ ਗਰੁੱਪ 'ਚ ਗੱਲ ਕੀਤੀ ਗਈ ਉਸ ਤੋਂ ਬਾਅਦ ਗੱਲ ਹੋਈ ਜਦੋਂ ਅਤੇ ਪੰਚਾਇਤ ਨੇ ਅਤੇ ਨੌਜਵਾਨ ਮੈਂਬਰਾਂ ਨੇ ਸਾਡੇ ਨੇ ਜਿਹੜੇ ਮਤਲਬ ਕਲੱਬ ਦੇ ਮੈਂਬਰ ਨੇ ਸਾਰਿਆਂ ਨੇ ਇਹ ਮਤਾ ਪਾਇਆ ਗਿਆ ਪੰਚਾਇਤ ਵੱਲੋਂ ਅਤੇ ਗਰੁੱਪ ਵੱਲੋਂ ਵੀ ਇਹ 'ਤੇ ਠੱਲ ਕਿਵੇਂ ਪਏ ਜਾਵੇ ਅਤੇ ਨਸ਼ੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਘਰਾਂ ਘਰਾਂ 'ਚ ਬੜੇ ਪਏ ਨੇ ਜੀ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਆ ਸ਼ਹਿਰਾਂ ਦੇ ਵਿੱਚੋਂ ਨਸ਼ਾ ਵਿਕਦਾ ਗਾ ਸ਼ਹਿਰਾਂ 'ਚੋਂ ਪਿੰਡਾਂ 'ਚ ਆਉਂਦਾ ਗਾ ਤੁਹਾਨੂੰ ਪਤਾ ਹੀ ਆ ਇੱਕ ਬੰਦਾ ਨਸ਼ਾ ਲੈ ਕੇ ਆਉਂਦਾ ਤਾਂ ਉਹਦੇ ਵਿੱਚ ਐਂ ਮੰਨ ਕੇ ਚੱਲੋ ਇੱਕ ਬੰਦਾ ਨਸ਼ਾ ਲੈ ਕੇ ਪਿੰਡ ਜਦੋਂ ਵੜਦਾ ਤਾਂ ਐਂ ਮੰਨ ਕੇ ਚੱਲੋ ਉਹਦੇ ਨਾਲ ਪੰਜ ਚਾਰ ਜਾਣੇ ਹੋਰ ਖਰਾਬ ਹੁੰਦੇ ਨੇਗੇ ਉਹਦੇ ਵਿੱਚੋਂ ਇੱਕ ਬੰਦਾ ਜੋ ਸ਼ਹਿਰ 'ਚ ਜਾਂਦਾ ਤੁਹਾਨੂੰ ਪਤਾ ਨਸ਼ਾ ਲੈ ਕੇ ਆਉਂਦਾ ਤਾਂ ਜੇ ਇੱਕ ਜਾਣੇ ਨੂੰ ਵੰਡਦਾ ਉਹ ਆਪਦੇ ਨਾ ਨਸ਼ੇ ਦੀ ਤੋੜ ਵਾਸਤੇ ਪੰਜ ਚਾਰ ਜਣੇ ਨੂੰ ਹੋਰ ਖਰਾਬ ਕਰਦਾ ਉਹਦੇ ਲਈ ਇਹ ਮਤਲਬ ਨੌਜਵਾਨਾਂ ਦੇ ਵਿੱਚ ਖਿਲਦਾ ਜਾਂਦਾ ਤੁਹਾਨੂੰ ਪਤਾ ਹੀ ਨਸ਼ਾ ਅੱਜ ਕੱਲ੍ਹ ਇੰਨਾ ਹੋਇਆ ਪਿਆ ਚਿੱਟਾ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਹਰੇਕ ਦਾ ਘਰ ਖਰਾਬ ਕਰਦੇ ਹੀ ਆ ਨੌਜਵਾਨ ਜਵਾਨ ਅੱਜ ਕੱਲ੍ਹ 20 ਉਮਰ ਦੇ ਹੈਗੇ ਨੇ 18-18 ਸਾਲ ਦੇ ਲੱਗੇ ਪਏ ਨੇ 16-16 ਸਾਲ ਦੇ ਜੀ ਨਸ਼ੇ ਦੇ ਵਿੱਚ ਤਾਂ ਇਹਦੇ ਲਈ ਨੌਜਵਾਨਾਂ ਨੇ ਮਤਲਬ ਕਰਿਆ ਗਾ ਆਪਣੇ ਵਾਸਤੇ ਮਤਲਬ ਸਾਰਿਆਂ ਦੇ ਪਿੰਡ ਦੇ ਵਿੱਚ ਨਸ਼ਾ ਬੰਦ ਕੀਤਾ ਜਾਵੇ ਹੁਣ ਬਿਲਕੁਲ ਬੰਦ ਕੀਤਾ ਜਾਵੇ ਹਾਂਜੀ ਬਸ ਦੇਖੋ ਨੌਜਵਾਨਾਂ ਨੇ ਕਲੱਬ ਨੇ ਬਣਾਇਆ ਮਤਲਬ ਪਿੰਡਾਂ ਦੇ ਸਾਡੇ ਪਿੰਡ ਦੇ ਜਿੰਨੇ ਨੌਜਵਾਨ ਨੇ ਅਲੱਗ ਅਲੱਗ ਦੇ ਜਾਂਦੇ ਨੇ ਪਤਾ ਲੱਗਦਾ ਤਾਂ ਸਾਰੇ ਠੱਲ ਪਾਉਂਦੇ ਨੇ ਮਤਲਬ ਕਿਹੜਾ ਬੰਦਾ ਨਸ਼ਾ ਕਰਦਾ ਜਾਂ ਕੁਛ ਵੀ ਆ ਤਾਂ ਉਹਨੂੰ ਪਿਆਰ ਨਾਲ ਸਮਝਾਉਂਦੇ ਵੀ ਨੇ ਅਤੇ ਮਤਲਬ ਜਿਹੜੀ ਹੁਣ ਇਹ ਸੋਚਿਆ ਵੀ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੇ ਕੋਈ ਨਸ਼ਾ ਕਰਦਾ ਤਾਂ ਫੜਿਆ ਜਾਂਦਾ ਨਾ ਜੀ ਵੈਸੇ ਤਾਂ ਪਿੰਡ ਦੇ ਵਿੱਚ ਬਹੁਤ ਜਗ੍ਹਾ 'ਤੇ ਪਤਾ ਲੱਗਿਆ ਜਿੱਥੇ ਪਹਿਲਾਂ ਨਸ਼ਾ ਹੁੰਦਾ ਸੀ ਹੁਣ ਬਿਲਕੁਲ ਖਤਮ ਹੋ ਚੁੱਕਿਆ ਅਤੇ ਕੋਸ਼ਿਸ਼ ਆ ਵੀ ਕੋਈ ਆਵੇ ਨਾ ਪਿੰਡ ਦੇ ਵਿੱਚ ਨਸ਼ਾ ਕਰਨ ਵਾਲਾ ਕੋਈ ਜਿਵੇਂ ਤੰਬਾਕੂ ਆ ਠੀਕ ਆ ਕੋਈ ਜ਼ਿਆਦਾ ਬੀੜੀ ਦੁਕਾਨਾਂ 'ਤੇ ਮਿਲਦੀ ਆ ਵੀ ਉਹਨੂੰ ਵੀ ਬਿਲਕੁਲ ਬੰਦ ਹੀ ਕਰ ਦਿੱਤਾ ਜੀ ਦੁਕਾਨਦਾਰਾਂ ਨੇ ਵੀ ਹੁੰਗਾਰਾ ਦਿੱਤਾ ਵੀ ਹਾਂ ਇਹ ਬਿਲਕੁਲ ਬੰਦ ਹੀ ਕਰਤਾ ਜੀ ਸਾਨੂੰ ਮੇਨ ਦਾ ਮਤਲਬ ਜਿਹੜਾ ਮਤਲਬ ਸਾਨੂੰ ਫਾਇਦਾ ਹੋਇਆ ਸਿਰਫ ਦੁਕਾਨਦਾਰਾਂ ਵੱਲੋਂ ਹੋਇਆ ਸਾਨੂੰ ਦੁਕਾਨਦਾਰਾਂ ਨੇ ਹੀ ਸਲਾਹ ਮਤਲਬ ਉਹਨਾਂ ਨਾਲ ਕੀਤੀ ਜਦੋਂ ਉਹਨੇ ਭਰਮਾਂ ਘਰਾਇਆ ਸਾਨੂੰ ਵੀ ਅਸੀਂ ਨਸ਼ਾ ਜੇ ਤੁਸੀਂ ਕਹਿਣੇ ਹੋ ਤਾਂ ਅਸੀਂ ਬੰਦ ਕਰ ਸਕਦੇ ਹਾਂਗੇ ਠੀਕ ਆ ਤਾਂ ਇਸ ਲਈ ਸਾਰਾ ਧੰਨਵਾਦ ਦੁਕਾਨਦਾਰਾਂ ਦਾ ਵੀ ਜਿਹੜੇ ਪਿੰਡ ਦੇ ਨੌਜਵਾਨਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਤੁਰੇ ਨੇ ਠੀਕ ਆ ਅਤੇ ਮਤਲਬ ਸ਼ੁਰੂਆਤ ਕੀਤੀ ਆ ਸਾਰਿਆਂ ਨੇ ਅਤੇ ਸਾਰੇ ਕਲੱਬ ਦਾ ਜੀ ਬਾਈ ਜੀ ਤੁਹਾਡਾ ਨਾਮ ਜੀ ਬਲਤੀਰ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੁਕਾਨ ਕਰਦੇ ਨੂੰ ਪਿੰਡ ਹੋ ਬਾਈ 10 ਸਾਲਾਂ ਦੇ ਕਰੀਬ ਕਿਵੇਂ ਦੇਖਦੇ ਹੋ ਪਹਿਲਾਂ ਤੁਹਾਡੇ ਕੋਲੇ ਲੋਕ ਆਉਂਦੇ ਹੋਣੇ ਮੰਗਦੇ ਹੋਣੇ ਤੁਸੀਂ ਹਰ ਚੀਜ਼ ਵੇਚਦੇ ਹੋਵੋਗੇ ਹੁਣ ਤੁਹਾਡਾ ਪਿੰਡ ਨੇ ਇੱਕ ਇਕੱਠੇ ਹੋ ਕੇ ਮਤਾ ਪਾਇਆ ਤੁਹਾਨੂੰ ਕਿਵੇਂ ਲੱਗਿਆ ਹਾਂਜੀ ਪਹਿਲਾਂ ਤਾਂ ਰੱਖਿਆ ਨਹੀਂ ਸੀ ਅਸੀਂ ਨੇ ਸਾਨੂੰ ਰੱਖਣਾ ਪਿਆ ਬਾਅਦ 'ਚ ਫਿਰ ਜਰਦਾ ਵੀੜੀ ਮਜ਼ਬੂਰੀ ਜੀ ਸਾਡੀ ਅਤੇ ਹੁਣ ਬਹੁਤ ਵਧੀਆ ਲੱਗਦਾ ਜੀ ਬਹੁਤ ਚੰਗਾ ਲੱਗਦਾ ਅੱਗੇ ਤੋਂ ਵੀ ਅਸੀਂ ਤਾਂ ਸਾਥ ਬਹੁਤ ਦਿੰਦੇ ਰਹਾਂਗੇ ਨਾ ਕੋਈ ਚਾਹੁੰਦੇ ਸੀ ਅਸੀਂ ਵੀ ਇਹ ਬੰਦ ਹੋਵੇ ਬਾਕੀ ਸਾਡੀ ਮਜ਼ਬੂਰੀ ਸੀ ਰੱਖਣਾ ਜੀ ਕਿਵੇਂ ਦੇਖਦੇ ਹੋ ਜਿਹੜੇ ਨੌਜਵਾਨਾਂ ਨੇ ਇਕੱਠੇ ਹੋ ਕੇ ਆਇਆ ਉਹਨੂੰ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਆ ਅਗਰ ਤੁਹਾਡੇ ਪਿੰਡ ਨੇ ਸ਼ੁਰੂਆਤ ਕਰੀ ਆ ਉਹ ਸ਼ੁਰੂਆਤ ਨਾਲ ਫਾਇਦਾ ਕਿੰਨਾ ਕੁ ਹੋਊਗਾ ਨਹੀਂ ਬਹੁਤ ਫਾਇਦਾ ਹੋਊ ਜੀ ਪਹਿਲਾਂ ਵੀ ਸਾਡੇ ਪਿੰਡ ਜਿਹੜਾ ਇਹ ਭਲਵਾਨੀ 'ਚ ਅੱਗੇ ਹੁੰਦੇ ਸੀ ਪੁਰਾਣੇ ਸਮੇਂ 'ਚ ਸਾਡੇ ਪਿੰਡ ਦੇ ਮੱਲ ਹੁੰਦੇ ਸੀ ਝੋਟਾ ਮੱਲ ਕੱਟਾ ਮੱਲ ਕਹਿੰਦੇ ਹੁੰਦੇ ਸੀਗੇ ਲੋਕ ਹੁਣ ਵੀ ਸਾਨੂੰ ਉਮੀਦ ਹੈ ਵੀ ਇਸ ਤਰ੍ਹਾਂ ਹੀ ਮੁੰਡਾ ਦੇ ਵਿਸ਼ਵਾਸ ਹੈ ਹਾਂ ਹਾਂ ਫਿਰ ਉਸੇ ਤਰ੍ਹਾਂ ਹਾਂ ਜੀ ਹਾਂ ਖੇਡਾਂ 'ਚ ਰੁਝਾਨ ਵੱਧਦਾ ਹੈ ਮੁੰਡਿਆਂ ਦਾ ਅਤੇ ਸਮਾਜਿਕ ਸੇਵਾ ਦੇ ਕੰਮਾਂ 'ਚ ਹੋਰ ਸਾਰੇ ਕੰਮਾਂ 'ਚ ਬਹੁਤ ਵਧੀਆ ਰੁਚੀ ਦਿਖਾ ਰਹੇ ਨੇ ਕਿਵੇਂ ਦੇਖਦੇ ਹੋ ਕਿਤਨਾ ਕਿਤੇ ਤੁਹਾਡੇ ਰੁਜ਼ਗਾਰ ਨੂੰ ਵੀ ਧੱਕਾ ਪਊਗਾ ਨਹੀਂ ਨਹੀਂ ਸਾਡੇ ਰੁਜ਼ਗਾਰ ਨੂੰ ਕੋਈ ਧੱਕਾ ਨਹੀਂ ਪੈਂਦਾ ਜੀ ਹਾਂਜੀ ਪਹਿਲਾਂ ਵੀ ਅਸੀਂ ਤਾਂ ਇਹ ਰੱਖਣਾ ਹੀ ਨਹੀਂ ਚਾਹੁੰਦੇ ਸੀ ਹਾਂਜੀ ਸਾਡੇ ਆਈਟਮ ਬਹੁਤ ਪਈ ਹੈ ਜੀ ਹੋਰ ਸਮਾਨ ਬਹੁਤ ਵੇਚਣ ਨੂੰ ਚੰਗੀਆਂ ਚੀਜ਼ਾਂ ਚੰਗੇ ਆਈਟਮਾਂ ਖਾਣਗੇ ਜਵਾਕ ਵਧੀਆ ਰਹਿਣਗੇ ਹੁਣ ਤੁਸੀਂ ਬਿਲਕੁਲ ਨਹੀਂ ਵੇਚਦੇ ਨਹੀਂ ਜੀ ਨਹੀਂ ਅਸੀਂ ਬੰਦ ਕਰਤਾ ਜੀ ਹਰ ਚੀਜ਼ ਤੁਹਾਡੀ ਦੁਕਾਨ 'ਤੇ ਬੰਦ ਹੋ ਹਾਂਜੀ ਹਾਂਜੀ ਮਾਤਾ ਤੁਹਾਡਾ ਨਾਮ ਕੀ ਹੈ ਜੀ ਅਮਰਜੀਤ ਮਾਤਾ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਮੁੰਡਿਆਂ ਨੇ ਰਲ ਕੇ ਪੰਚਾਇਤ ਨੇ ਰਲ ਕੇ ਨਸ਼ੇ ਬੰਦ ਕਰਾਏ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਠੀਕ ਹੈ ਬਹੁਤ ਵਧੀਆ ਹੋਰ ਕੀ ਇਹੀ ਚਾਹੀਦਾ ਹੋਰ ਆਪਾਂ ਨੂੰ ਕੀ ਚਾਹੀਦਾ ਕਿਵੇਂ ਦੇਖਦੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਵਿੱਚ ਕਿੰਨਾ ਕੁ ਨਸ਼ਾ ਚੱਲ ਰਿਹਾ ਕਿੰਨੇ ਕੁ ਨੁਕਸਾਨ ਹੋ ਰਹੇ ਨੇ ਉਹਦੇ ਬਾਰੇ ਕੀ ਕਹੋਗੇ ਹਾਂ ਉਹ ਨੁਕਸਾਨ ਹੋਈ ਹੋ ਜਾਂਦਾ ਪੁੱਤ ਬੱਚਿਆਂ ਦਾ ਜੇ ਛੱਡਣ ਸਮਾਂ ਫਾਇਦਾ ਹੀ ਆਪਾਂ ਦਾ ਅਗਰ ਤੁਹਾਡੇ ਪਿੰਡ ਨੇ ਪਹਿਲ ਕਦਮੀ ਕਰੀ ਆ ਉਹਦੇ ਨਾਲ ਫਾਇਦਾ ਕਿੰਨਾ ਹੋਊਗਾ ਤੁਹਾਡੇ ਪਰਿਵਾਰ ਬਹੁਤ ਫਾਇਦਾ ਹੋਊਗਾ ਖੁਸ਼ ਹੋ ਤੁਸੀਂ ਹਾਂ ਹਾਂ ਖੁਸ਼ ਹੋ ਕਿਵੇਂ ਦੇ
ਚਲੀ ਹੋ ਜਾਂਦਾ ਸੀ ਘਰ ਆਪਣਾ ਇੱਧਰ ਇੱਧਰ ਪਾਸੇ ਬਸ ਮਾੜਾ ਮੋਟਾ ਵਧੀਆ ਲੱਗਿਆ ਸਹਿਮਤ ਹਾਂ ਹਾਂ